एक श्याम
सुख पावे नीत
ਨਿਰਭਰ ਕਰਦੇ ਨਾ ਬਾਣੀ ਪੜ ਰਹੇ ਨੇ ਬਸ, ਪਰ ਜਦੋਂ ਕਬੀਰ ਫਰੀਦ ਜੀ ਦੇ ਸਲੋਕ ਆਉਂਦੇ ਨਾ ਕਹਿਣਾ ਵੀ ਨੇ ਬਾਬਾ ਕਬੀਰ ਜੀ ਦੇ ਬਾਬਾ ਫਰੀਦ ਜੀ ਦੇ ਸਲੋਕ ਆਪਾਂ ਬੈਠ ਕੇ ਸੁਣਾ ਕੇ ਇੱਕ ਦੂਜਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦੇ ਨਾਮੇ ਮਹਿਲੇ ਦੇ ਸਲੋਕ, ਉਹ ਵੀ ਸਲੋਕ ਨੇ, ਉਹ ਵੀ ਸਲੋਕ ਨੇ। ਇਹਨਾਂ ਦੋਹਾਂ ਰਚਨਾਵਾਂ ਨੂੰ ਤਿੰਨਾਂ ਨੂੰ ਸੁਣਨ ਦਾ ਬੜਾ ਸ਼ੌਕ ਤੇ ਚਾਉ ਹੁੰਦਾ ਸੀ ਉਹਨਾਂ ਲੋਕਾਂ ਵਿੱਚ ਵੀ ਜਿਹੜੇ ਬੜੇ ਸਧਾਰਨ ਵਿਅਕਤੀ ਦੇ ਬੜੀ ਸਹਿਜ ਵਿੱਚ ਹੁੰਦੇ ਸਨ। ਸਮਝਣਾ ਉਹਨਾਂ ਦੇ ਕੰਨੀ ਵੀ ਇੱਕ ਗੱਲ ਪਾਈ ਗਈ ਹੋਏਗੀ ਕਿ ਇਹਨਾਂ ਸਲੋਕਾਂ ਦੇ ਹਰ ਇੱਕ ਹਿੱਸੇ ਵਿੱਚ ਕੋਈ ਰਮਜ਼ ਹੈ। ਅਸੀਂ ਬਾਬਾ ਕਬੀਰ ਜੀ ਦੇ ਸਲੋਕ ਸ਼ੁਰੂ ਕੀਤੇ ਹੋਏ ਨੇ। ਰਮਜ਼ ਦੇ ਉਹਨੇ ਕੋਈ ਰਾਜ਼ ਹੁੰਦਾ ਹੈ ਛੁਪਿਆ ਹੋਇਆ, ਜਿਹੜਾ ਮਨੁੱਖ ਰਮਜ਼ ਦਿੰਦਾ ਹੈ ਨਾ ਉਹ ਰਮਜ਼ ਇੱਕ ਰਾਜ਼ ਦਾ ਸੰਖੇਪ ਹੁੰਦਾ ਹੈ। ਰਮਜ਼ ਨਾਲ ਕੋਈ ਗੱਲ ਸਮਝਾਉਣੀ, ਰਾਜ਼ ਪੂਰਾ ਨਾ ਸਾਹਮਣੇ ਲਿਆਉਣਾ, ਉਹ ਛੁਪਿਆ ਹੁੰਦਾ ਤੇ ਛੁਪੀ ਹੋਈ ਚੀਜ਼ ਨੂੰ ਕੱਢਣਾ ਪੈਂਦਾ ਹੈ।
ਛੁਪਿਆ ਹੋਇਆ। ਗੁਰਮਤ ਦੇ ਖੇਤਰ ਵਿੱਚ ਜਿੱਥੇ ਕੋਈ ਰਮਜ਼ ਹੈ ਨਾ, ਸਮਝ ਲਓ ਉਹਦੇ ਪਿੱਛੇ ਕੋਈ ਰਾਜ਼ ਜ਼ਰੂਰ ਹੈ। ਤੇ ਵਿਚਾਰ ਇੱਕ ਐਸਾ ਦਰਵਾਜ਼ਾ ਹੈ ਜਿਹਦੇ ਰਾਹੀਂ ਛੁਪਿਆ ਹੋਇਆ ਰਾਜ਼ ਅਸੀਂ ਦੇਖ ਸਕਦੇ ਹਾਂ ਤੇ ਦਿਖਾ ਸਕਦੇ ਹਾਂ। ਆਪਾਂ ਮਿਲ ਕੇ ਬਾਬਾ ਕਬੀਰ ਜੀ ਦੇ ਸਲੋਕਾਂ ਦੇ ਵਿੱਚੋਂ ਹਰ ਇੱਕ ਸਲੋਕ ਦੀ ਰਮਜ਼ ਪਿੱਛੇ ਛੁਪਿਆ ਹੋਇਆ ਰਾਜ਼ ਵਿਚਾਰ ਨਾਲ, ਵਿਚਾਰ ਦੇ ਦਰਵਾਜ਼ੇ ਰਾਹੀਂ ਦੇਖਣਾ, ਪ੍ਰਗਟਾਉਣਾ। ਹੁਣ ਇੱਥੇ ਇੱਕ ਲਫ਼ਜ਼ ਨੇ ਜਿਹੜਾ ਲਫ਼ਜ਼ ਹੈ ਮਿੱਤਰ, ਮੀਤ ਤੋਂ ਬਾਅਦ ਮਿੱਤਰ। ਅਗਲੇ ਪਾਸੇ ਅਗਲੇ ਸਲੋਕ ਵਿੱਚ ਇੱਕ ਲਫ਼ਜ਼ ਹੈ ਮਰਨ, ਤੇ ਨਾਲ ਉਹਦੇ ਜੁੜਿਆ ਹੋਇਆ ਇੱਕ ਅਨੰਤ। ਸੋਚਣਾ ਪਏਗਾ, ਮਰਨ ਕੋਈ ਆਨੰਦ ਦੇ ਸਕਦਾ? ਹਰ ਰਮਜ਼ ਦੇ ਪਿੱਛੇ ਬੁਰਾ ਬਾਬਾ ਕਬੀਰ ਜੀ ਨੇ ਆਖ ਦਿੱਤਾ, ਜਿਸ ਮਰਨੇ ਤੇ ਜੱਗ ਡਰੇ ਮੇਰੇ ਮਨ ਆਨੰਦ। ਬਲਕਿ ਇੱਥੋਂ ਤੱਕ ਮਜ਼ਬੂਤ ਆਪਣਾ ਖਿਆਲ ਦੇ ਦਿੱਤਾ ਕਿ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਪਰਮਾਨੰਦ ਦੀ ਪ੍ਰਾਪਤੀ ਮਰਨ ਨਾਲ ਹੀ ਹੁੰਦੀ ਹੈ। ਦੁਨੀਆਂ ਹੈਰਾਨ ਹੋਈ ਕਿ ਮਰਨ ਲਫ਼ਜ਼ ਤਾਂ ਦੁਨੀਆਂ ਦੀ ਚਾਹਤ ਵਿੱਚ ਸ਼ਾਮਿਲ ਨੇ, ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ ਸੰਸਾਰ ਦੀ ਹਾਲਤ ਦਾ ਬਿਆਨ ਕਰਦਿਆਂ ਕਿ ਜਗ ਮਰਨ ਨਾ ਭਾਇਆ। ਮਰਨ ਦੁਨੀਆਂ ਨੂੰ ਚੰਗਾ ਨਹੀਂ ਲੱਗਾ, ਦੁਨੀਆਂ ਦੇ ਲੋਕ ਜਿਉਂਦੇ ਜਿਉਣਾ ਚਾਹੁੰਦੇ ਤੇ ਜਿਉਣ ਲਈ ਤਾਂ ਬੜੇ ਉਪਰਾਲੇ ਕਰਦੇ ਨੇ, ਬੜੇ ਸਾਧਨ ਅਪਣਾਉਂਦੇ ਨੇ। ਜਿੰਨਾ ਕੁਛ ਦੁਨੀਆਂ ਦਾ ਬਣਿਆ ਉਹ ਸਭ ਜਿਉਣ ਲਈ ਬਣਿਆ ਹੈ। ਜਿਹੜੀ ਚੀਜ਼ ਮਰਨ ਲਈ ਹੈ ਉਹਦੇ ਤੋਂ ਲੋਕ ਨਫ਼ਰਤ ਕਰਦੇ ਨੇ, ਦੁਨੀਆਂ ਨੂੰ ਮੌਤ ਚੰਗੀ ਨਹੀਂ ਲੱਗਦੀ। ਪਰ ਕਿੰਨੀ ਅਜੀਬ ਗੱਲ ਹੈ, ਬਾਬਾ ਕਬੀਰ ਆਖਦੇ ਨੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਸੋਚਣਾ ਪੈਂਦਾ ਨਾ, ਇੱਕ ਕੈਸੀ ਰਮਜ਼ ਹੈ, ਸਾਨੂੰ ਸੋਚਣ ਲਈ ਮਜਬੂਰ ਕਰ ਲਈ। ਮਰਨ ਵਿੱਚ ਆਨੰਦ ਕਿਵੇਂ ਹੋਇਆ? ਇਸ ਤੋਂ ਪਹਿਲੇ ਸਲੋਕ ਦੇ ਲਫ਼ਜ਼ ਆਏ ਨੇ, ਉਹ ਇੱਕ ਕਬੀਰ ਸੁਖ ਨਾ ਇਹ ਯੁਗ, ਇੱਥੇ ਲਫ਼ਜ਼ ਜਗ ਨਹੀਂ, ਯੁਗ। ਜਗ ਦਾ ਅਰਥ ਹੁੰਦਾ ਸੰਸਾਰ ਦੁਨੀਆਂ, ਯੁਗ ਦਾ ਅਰਥ ਹੁੰਦਾ ਸਮਾਂ। ਯੁਗ ਦਾ ਮਤਲਬ ਹੈ ਸਮਾਂ। ਬਾਬਾ ਕਬੀਰ ਜੀ ਇਸ ਸਲੋਕ ਵਿੱਚ ਆਖਦੇ ਨੇ, ਕਹਿੰਦੇ ਨੇ ਕਬੀਰ ਸੁਖ ਨਾ ਇਹ ਯੁਗ, ਕਰੇ ਜੋ ਬਹੁਤੇ ਮੀਤ। ਜਿਹੜਾ ਮਨੁੱਖ ਬਹੁਤੇ ਮਿੱਤਰ ਬਣਾਉਂਦਾ ਨਾ, ਮਿੱਤਰਾਂ ਦੀ ਗਿਣਤੀ ਵਧਾਉਂਦਾ, ਚਾਰ ਚੁਫੇਰੇ ਮਿੱਤਰ ਇਕੱਠੇ ਕਰਦਾ, ਤੇ ਇਸ ਲਈ ਕਰਦਾ ਕਿ ਇਹਨਾਂ ਮਿੱਤਰਾਂ ਦੀ ਹੋਂਦ ਵਿੱਚ ਮੈਨੂੰ ਸੁੱਖ ਮਿਲੇਗਾ, ਇਹ ਮੇਰੇ ਸੁੱਖਾਂ ਦਾ ਉਪਰਾ। ਅਖਰ ਗੱਲ ਤੇ ਠੀਕ ਹੈ, ਸੋਚਣੀ ਸੁੱਖਾਂ ਦਾ ਉਪਰਾਲਾ ਕਰਨਗੇ ਕਿ ਜਿਹੜਾ ਕਿਸੇ ਦੇ ਸੁੱਖਾਂ ਦਾ ਉਪਰਾਲਾ ਹੀ ਨਹੀਂ ਕਰਦਾ, ਮਿੱਤਰ ਕਦਾ ਹੋਇਆ? ਚੰਗੀ ਚੰਗਾ, ਇਹਦੇ ਪਿੱਛੇ ਬਹੁਤ ਗਹਿਰੀ ਵਿਚਾਰ ਹੈ। ਜਿਹੜਾ ਮਿੱਤਰ ਤਾਂ ਉਸੇ ਨੂੰ ਆਖਾਂਗੇ ਜਿਹੜਾ ਕਿਸੇ ਦੇ ਸੁੱਖ ਲਈ ਸੋਚਦਾ ਹੋਵੇ, ਜਿਹੜਾ ਮੇਰੇ ਸੁੱਖ ਲਈ ਨਹੀਂ ਸੋਚਦਾ, ਕੋਈ ਉਪਰਾਲਾ ਹੀ ਨਹੀਂ ਕਰਦਾ, ਉਹ ਮੇਰਾ ਮਿੱਤਰ ਕਰਦਾ। ਤੇ ਮਨੁੱਖ ਇਸੇ ਲਈ ਬਹੁਤ ਮਿੱਤਰ ਬਣਾਉਂਦਾ,
ਬੜੀ ਅਜੀਬ ਗੱਲ ਹੈ ਕਿ ਬਾਬਾ ਕਬੀਰ ਇਹ ਕਹਿਣਾ ਚਾਹੁੰਦੇ ਨੇ ਕਿ ਤੇਰੇ ਬਹੁਤ ਮਿੱਤਰ ਨਹੀਂ ਹੋਣੇ ਚਾਹੀਦੇ। ਸੋਚਣਾ ਹੋ ਤੂੰ ਸੁਖੀ ਨਹੀਂ ਹੋ ਸਕਦਾ ਬਹੁਤ ਮਿੱਤਰਾਂ ਵਿੱਚ, ਇੱਕ ਡਰਾਉਣਾ ਹੈ, ਮਨ ਅੰਦਰ ਡਰ ਪੈਦਾ ਹੋ ਜਾਏਗਾ। ਕਬੀਰ ਸੁਖ ਨਾ ਇਹ ਯੁੱਗ ਕਰੇ ਜੇ ਬਹੁਤੇ ਮੀਤ, ਇਹ ਤੂੰ ਬਹੁਤੇ ਮਿੱਤਰ ਬਣਾ ਲਏਗਾ ਇਸ ਯੁੱਗ ਵਿੱਚ, ਇਸ ਸਮੇਂ ਵਿੱਚ ਤੂੰ ਸੁਖੀ ਨਹੀਂ ਹੋ ਸਕੇਗਾ ਬਹੁਤੇ ਮਿੱਤਰ ਵਿੱਚ। ਹੁਣ ਕਿੱਡੀ ਅਜੀਬ ਗੱਲ ਹੈ, ਗੁਰਬਾਣੀ ਵਿੱਚ ਹੀ ਸਤਿਗੁਰ ਨੇ ਬਾਣੀ ਅੰਦਰ ਵੱਖ, ਕਿਉਂਕਿ ਅਸੀਂ ਬਾਣੀ ਨੂੰ ਬਾਣੀ ਦੁਆਰਾ ਹੀ ਸਮਝਣਾ ਹੈ। ਇੱਕ ਥਾਂ 'ਤੇ ਕਹਿੰਦੇ ਨੇ ਮੈਂ ਬਹੁਤ ਮਿੱਤਰ ਬਣਾਏ, ਘਨੇਰੇ ਦਾ ਮਤਲਬ ਜ਼ਿਆਦਾ ਗਿਣਤੀ ਵਿੱਚ ਤਾਦਾਦ ਵਿੱਚ ਜ਼ਿਆਦਾ, ਕਿਉਂ? ਕਿਉਂਕਿ ਮੈਂ ਸਮਝਿਆ ਸੀ ਕਿ ਮੇਰੇ ਸੁੱਖਾਂ ਦਾ ਉਪਰਾਲਾ ਕਰਨਗੇ, ਮੇਰੇ ਦੁੱਖ ਖਤਮ ਹੋ ਜਾਣਗੇ, ਇਸੇ ਲਈ ਮਿੱਤਰ ਬਣਾਏ। ਸੁੱਖਾਂ ਦਾ ਸਮਾਨ ਪੈਦਾ ਕਰਨਗੇ, ਇੱਕ ਪਾਸੇ ਇਹ ਗੱਲ ਕਹਿ ਰਹੇ। ਬਹੁਤੇ ਮਿੱਤਰ ਨਹੀਂ ਹੋਣੇ ਚਾਹੀਦੇ ਹੈ, ਨਹੀਂ ਹੋਣੇ ਚਾਹੀਦੇ। ਪਰ ਕਿਹੜੀ ਅਜੀਬ ਗੱਲ, ਜਿਸ ਰੱਬ ਦੀ ਪੂਜਾ ਦਾ, ਜਿਸ ਰੱਬ ਨਾਲ ਜੁੜਨ ਦਾ ਮਸਲਾ ਹੈ, ਉਹ ਤੇ ਸਾਰਿਆਂ ਦੇ ਹੀ ਮਿੱਤਰ। ਇੱਕ ਪਾਸੇ ਸਾਨੂੰ ਇਹ ਸਿੱਖਿਆ ਦਿੱਤੀ ਜਾ ਰਹੀ, ਸਾਰਿਆਂ ਨੂੰ ਆਪਣਾ ਮਿੱਤਰ ਬਣਾ ਲਿਆ। ਗੁਰੂ ਕਹਿੰਦੇ ਨੇ ਕਿਹੜੀ ਅਜੀਬ ਗੱਲ ਹੈ, ਇੱਕ ਸਾਧ ਸੰਗਤ, ਇੱਕ ਉਪਦੇਸ਼ ਗੁਰੂ ਦਾ, ਜਦੋਂ ਮੇਰੀ ਬੁੱਧ ਬਦਲੀ ਹੈ ਉਸ ਉਪਦੇਸ਼ ਨਾਲ, ਬਸ ਉਦੋਂ ਦੀ ਨਿਸ਼ਾਨੀ ਇਹ ਹੈ ਕਿ ਨਾ ਕੋ ਬੈਰੀ ਨਹੀਂ ਵਿਗਾੜਨਾ, ਕੋਈ ਵੀ ਮੇਰਾ ਵਿਗਾੜਨਾ ਨਹੀਂ ਰਿਹਾ, ਦੁਸ਼ਮਣ ਸਾਰੇ ਮੇਰੇ ਮਿੱਤਰ ਹੋ ਗਏ ਨੇ। ਸਗਲ ਸੰਗ ਹਮਕੋ ਬਣ ਆਈ, ਮੇਰੀ ਤਾਂ ਸਾਰਿਆਂ ਨਾਲ ਹੀ ਹੁਣ ਬਣ ਆਉਂਦੀ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜ, ਸੋਚਣਾ ਪਏਗਾ। ਮੈਂ ਸਾਰਿਆਂ ਦਾ ਮਿੱਤਰ ਤੇ ਸਾਰਿਆਂ ਨੂੰ ਮੈਂ ਆਪਣਾ ਮਿੱਤਰ ਬਣਾ ਲਿਆ, ਕਿਹੜੀ ਅਜੀਬ ਗੱਲ ਹੈ। ਇੱਧਰ ਕਹਿੰਦੇ ਨੇ ਸੁਖ ਨੇ ਇਹ ਕਿਉਂ ਕਰੇ ਜੇ ਬਹੁਤੇ ਮੀਤ, ਦੋਵਾਂ ਮੁਕਾਬਲਿਤ ਰਹਿ ਫਿਰ ਸਮਝ ਆਏਗੀ। ਤਦ ਤੈਨੂੰ ਵਿਚਾਰਨ ਲਈ ਗੁਰਬਾਣੀ ਨੂੰ ਗੁਰਬਾਣੀ ਵਿੱਚੋਂ ਹੀ ਸਮਝਣਾ। ਕਿੱਡੀ ਅਜੀਬ ਗੱਲ ਹੈ, ਨਿਰਾ ਇਹ ਨਹੀਂ ਕਿ ਮੈਂ ਹੀ ਸਾਰਿਆਂ ਨੂੰ ਮਿੱਤਰ ਬਣਾਇਆ ਹੈ ਅਤੇ ਮੈਂ ਸਾਰਿਆਂ ਦਾ ਮਿੱਤਰ ਹਾਂ, ਬਲਕਿ ਮੇਰਾ ਰੱਬ ਵੀ ਉਹ ਹੈ ਜਿਹੜਾ ਸਾਰਿਆਂ ਦਾ ਹੀ ਮਿੱਤਰ ਹੈ। ਸਾਜਨ ਮੈਂ ਡਾਚਾਈਆ, ਸਾਰੇ ਨੂੰ ਆਪਣਾ ਸਮਝਦੇ ਨੇ, ਉਹ ਕਿਸੇ ਦਾ ਵੈਰੀ ਹੈ ਹੀ ਨਹੀਂ, ਸਾਰਿਆਂ ਦਾ ਮਿੱਤਰ ਹੈ। ਪਰ ਕਿਹੜੀ ਅਜੀਬ ਗੱਲ ਹੈ, ਰੱਬ ਵੀ ਸਾਰਿਆਂ ਦੀ ਮਿੱਤਰਤਾ ਵਿੱਚ ਕਰਿਆ ਹੋਇਆ ਹੈ ਤੇ ਗੁਰੂ ਦਾ ਉਪਦੇਸ਼ ਵੀ ਇਹ ਆਖ ਰਿਹਾ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭ ਨਾ ਕਿ ਸਾਜਿਆ, ਸਾਰਿਆਂ ਨੂੰ ਮੈਂ ਆਪਣਾ ਮਿੱਤਰ ਬਣਾ ਲਿਆ ਤੇ ਸਾਰੇ ਮੇਰੇ ਸੱਜਣ, ਨਾ ਕੋ ਬੈਰੀ ਨਹੀਂ ਵਿਗਾੜਨਾ, ਸਾਰੇ ਮੇਰੇ ਆਪਣੇ ਨੇ। ਤੇ
जे सारे अपने बनाए ने तो क्यों बनाए ने तेनू उन्दे विच की चंगियाई नजर आउंदी एक पासे बाबा कबीर एक गल आख रहे ने सुख ना ए जुग करे जो बहुते मीत अज दा श्लोक है जुग विच इस समय विच सुख नहीं मिलना जे तू बहुते मित्र बनाएगा दोनों गल्लां मुख्तलिफ ने बखरियां बखरियां ने इन्हां समझना नूं समझण विच सानूं रुकना पए फर्क की है ਮੈਂ ਬਹੁਤ ਦੇਰ ਹੋਈ ਮੈਂ ਇੱਕ ਵਾਰ ਕੀਤੀ ਸੀ ਮਨ ਤੇ ਤਨ ਸੰਸਾਰ ਤੇ ਨਿਰੰਕਾਰ ਦੋਵੇਂ ਬੜੇ ਨੇੜੇ ਦੇ ਲਫ਼ਜ਼ ਨੇ ਪਰ ਦੋਹਾਂ ਵਿੱਚ ਬੜਾ ਅੰਤਰ ਹੈ ਮਨ ਹੋਰ ਚੀਜ਼ ਹੈ ਤਨ ਹੋਰ ਚੀਜ਼ ਹੈ ਜੁੜਿਆ ਹੋਇਆ ਹੈ ਵੱਖ ਵੱਖ ਪਰ ਦੋਵਾਂ ਦੇ ਹਾਲਾਤ ਵੱਖਰੇ ਵੱਖਰੇ ਨੇ ਮਨ ਦੇ ਹਾਲਾਤ ਹੋਰ ਨੇ ਤਨ ਦੇ ਹੋਰ ਨੇ ਇਸੇ ਤਰ੍ਹਾਂ ਨਿਰੰਕਾਰ ਤੇ ਸੰਸਾਰ ਵੱਖ ਵੱਖ ਨੇ ਜੁੜਿਆ ਹੋਇਆ ਜੇ ਕਿਸੇ ਨੇ ਨਿਰੰਕਾਰ ਨੂੰ ਲੱਭਣਾ ਹੋਵੇ ਸੰਸਾਰ ਵਿੱਚੋਂ ਹੀ ਲੱਭਣਾ ਪਏਗਾ ਗੁਰਮਤ ਦੀ ਦੁਨੀਆਂ ਨੇ ਤਾਂ ਇਹੋ ਹੀ ਸਾਨੂੰ ਦ੍ਰਿੜ ਕਰਾਇਆ ਕਿ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਕਿਤੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਸੰਸਾਰ ਛੱਡਣ ਦੀ ਲੋੜ ਨਹੀਂ ਦੁਨੀਆਂ ਤਿਆਗਣ ਦੀ ਲੋੜ ਨਹੀਂ ਨਿਰੰਕਾਰ ਸੰਸਾਰ ਦੇ ਵਿੱਚ ਹੀ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇਸੇ ਵਿੱਚ ਹੈ ਜੁੜੇ ਹੋਏ ਪਰ ਇੱਕ ਖਿਆਲ ਕਰਿਓ ਸੰਸਾਰ ਨਿਰੰਕਾਰ ਨਹੀਂ ਫਰਕ ਹੈ ਨਾ ਜਿਵੇਂ ਮਨ ਤੇ ਤਨ ਜੁੜੇ ਹੋਏ ਨੇ ਪਰ ਮਨ ਤਨ ਨਹੀਂ ਤਨ ਜਿਹੜਾ ਹੈ ਉਹ ਮਨ ਨਹੀਂ ਜੁੜੇ ਹੋਏ ਨੇ ਪਰ ਫਰਕ ਹੈ ਦੋਹਾਂ ਦੀ ਪਰਿਭਾਸ਼ਾ ਦਾ ਵੀ ਫਰਕ ਹੈ ਦੋਹਾਂ ਦੀਆਂ ਲੋੜਾਂ ਦਾ ਵੀ ਫਰਕ ਹੈ ਦੋਹਾਂ ਦੇ ਸੁਭਾਅ ਦਾ ਵੀ ਫਰਕ ਹੈ ਇਸੇ ਤਰ੍ਹਾਂ ਨਿਰੰਕਾਰ ਤੇ ਸੰਸਾਰ ਜੁੜੇ ਹੋਏ ਨੇ ਵੱਖ ਵੱਖ ਨੇ ਨਿਰੰਕਾਰ ਨੂੰ ਢੂੰਡਣ ਲਈ ਤੈਨੂੰ ਸੰਸਾਰ ਵਿੱਚ ਹੀ ਨਿਗਾਹ ਮਾਰਨੀ ਪੈਗੀ ਇਸ ਗੁਰੂ ਨੇ ਬਾਣੀ ਵਿੱਚ ਹਰ ਗੱਲ ਸਾਨੂੰ ਬਾਣੀ ਵਿੱਚੋਂ ਮਿਲਦੀ ਗੁਰੂ ਕਹਿੰਦੇ ਨੇ ਇਹ ਵਿਸ ਸੰਸਾਰ ਤੁਮ ਜੋ ਦੇਖਦੇ ਇਹੋ ਹਰ ਕਾ ਰੂਪ ਹੈ ਪੜ੍ਹਦੇ ਕਿੰਨਾ ਸਪਸ਼ਟ ਹੈ ਕੋਈ ਲੁਕਾਤੇ ਨੇ ਇਸ ਰਮਜ ਨੂੰ ਸਮਝਾਉਣ ਲਈ ਕਹਿਣ ਲੱਗੇ ਇਹ ਵਿਸ ਸੰਸਾਰ ਤੁਮ ਜੇ ਦੇਖਦੇ ਇਹੋ ਹਰ ਕਾ ਰੂਪ ਹੈ ਭਰਿਆ ਇਸ ਸੰਸਾਰ ਨੂੰ ਜਿਹਨੂੰ ਤੂੰ ਜ਼ਹਿਰ ਸਮਝਣ ਲੱਗ ਪਿਆ ਬਸ ਰੱਬ ਇਹੋ ਹੀ ਹੈ ਇਹਦੇ ਵਿੱਚ ਹੀ ਪਰ ਇੱਕ ਖਿਆਲ ਕਰੀ ਸੰਸਾਰ ਤੇ ਨਿਰੰਕਾਰ ਜੁੜੇ ਹੋਏ ਨੇ ਪਰ ਸੰਸਾਰ ਨਿਰੰਕਾਰ ਨਹੀਂ ਨਿਰੰਕਾਰ ਸੰਸਾਰ ਨਹੀਂ ਫਰਕ ਕੀ ਹੈ ਨਿਰੰਕਾਰ ਜਿਹੜਾ ਹੈ ਉਹ ਇੱਕ ਹੈ ਸੰਸਾਰ ਅਨੇਕਤਾ ਹੈ ਇੱਥੇ ਬਸ ਨਹੀਂ ਨਿਰੰਕਾਰ ਅਵਿਨਾਸ਼ੀ ਹੈ ਉਹਨੇ ਖਤਮ ਨਹੀਂ ਹੋਣਾ ਉਹਨੇ ਬਦਲਣਾ ਨਹੀਂ ਸੰਸਾਰ ਅਵਿਨਾਸ਼ੀ ਨਹੀਂ ਉਹ ਨਾਸ਼ਵੰਤ ਹੈ ਦੁਨੀਆਂ ਚੀਜ਼ ਇੱਕ ਵਰਤੋਂ ਕਾਈ ਸੀ ਗੁਰਬਾਣੀ ਦੀ ਦੁਨੀਆਂ ਚੀਜ਼ ਫਿਲਹਾਲ ਸਗਲੇ ਸੱਚ ਸੁੱਖ ਤੇ ਰਹਿਣਾ ਹੋ ਸੰਸਾਰ ਦੀ ਜੋ ਚੀਜ਼ ਹੈ ਉਹ ਫਿਲਹਾਲ ਹੈ ਫਿਲਹਾਲ ਦਾ ਮਤਲਬ ਹੁੰਦਾ ਹੈ ਹੁਣ ਉਹ ਹੁਣ ਹੈ ਅਗਲੇ ਪਲ ਪਤਾ ਨਹੀਂ ਹੋਣੀ ਹੈ ਕਿ ਨਹੀਂ ਹੋਣੀ ਜੋ ਚੀਜ਼ ਤੂੰ ਦੇਖ ਰਹੇ ਉਹਨੂੰ ਫਿਲਹਾਲ ਸਮਝ ਵੀ ਮੈਂ ਦੇਖ ਰਿਹਾ ਹੈ ਅਗਲੇ ਪਲ ਉਹ ਹੋਣੀ ਹੈ ਕਿ ਨਹੀਂ ਹੋਣੀ ਇਹ ਦੁਨੀਆਂ ਦੀ ਚੀਜ਼
चीज़ नाल नहीं आख्या जा सकता, ये निरंकार नाल ही आख्या जा सकता जिहड़ा हमेशा लई आद सच है तो बाद सच है भी सच है नानको भी सच है। फर्क हो गया निरंकार ते संसार विच जुड़े हुए ने पर वख वख ने। ओ विनाशी है नाशवंत। इसे तरह मन ते तन लो। हुण आपां बाबा कबीर जी दे उस श्लोक दी रमज वल वधीए। हुण तन जिहड़ा है इहदियां लोड़ां बहुतियां ने। इहनू दर्जी भी चाहीदा कपड़े सीउण लई, इहनू जिमीदार भी चाहीदा खाण दाने पैदा करन लई, इहनू बाजार भी चाहीदा। जिन्नियां लोड़ां ने उन्ने लोक चाहीदे ने। ਇਹਦੀ ਕੋਸ਼ਿਸ਼ ਹੁੰਦੀ ਹੈ ਸਾਰੇ ਮੇਰੇ ਮਿੱਤਰ ਹੋਣ ਸਾਰਿਆਂ ਨਾਲ ਮਿਲ ਸੀ। ਤਨ ਦੀਆਂ ਚੀਜ਼ਾਂ ਨੇ ਨਾ, ਤਨ ਦੀ ਚੀਜ਼ ਜਿਹੜੀ ਕਿਉਂਕਿ ਸੰਸਾਰ ਦਾ ਹਿੱਸਾ ਹੈ, ਤਨ ਦੀਆਂ ਲੋੜਾਂ ਬਹੁਤੀਆਂ ਤੇ ਲੋੜਾਂ ਬਹੁਤੀਆਂ ਹੋਣ ਕਰਕੇ ਇਹਨੂੰ ਮਿੱਤਰ ਵੀ ਬਹੁਤੇ ਚਾਹੀਦੇ ਨੇ। ਹਰ ਲੋੜ ਦੀ ਪੂਰਤੀ ਜਿਹੜੀ ਹੈ ਉਹ ਇਹਦਾ ਇੱਕ ਸੁੱਖ ਹੈ। ਇਹੋ ਕਾਰਨ ਮਨੁੱਖ ਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਵੀ ਹੈ ਨਾ, ਉਸ ਕਿਸਮ ਦੇ ਅਦਾਰੇ ਨੂੰ ਆਪਣਾ ਮਿੱਤਰ ਬਣਾਉਣਾ ਚਾਹੁੰਦਾ ਕਿਉਂਕਿ ਲੋੜਾਂ ਬਹੁਤੀਆਂ। ਹੁਣ ਤਾਂ ਸੰਸਾਰ ਦਾ ਹਿੱਸਾ ਉਹ ਭਲਿਆ ਤਨ ਕਰਕੇ ਤੂੰ ਸੰਸਾਰ ਵਿੱਚ ਰਹਿੰਦੇ ਆ ਮਿੱਤਰ ਬਣਾ, ਜਿੰਨੇ ਮਰਜ਼ੀ ਬਣਾ ਉੱਥੇ ਮਿੱਤਰ ਆਪਣਾ ਸਮਝਣਾ ਹੀ ਨਹੀਂ। ਮੈਂ ਇੱਕ ਵਾਰ ਕੀਤੀ ਸੀ, ਮਨੁੱਖ 2 ਘੰਟੇ 4 ਘੰਟੇ ਟ੍ਰੇਨ ਵਿੱਚ ਸਫ਼ਰ ਕਰਨਾ ਹੁੰਦਾ, ਉੱਥੇ ਨਾਲ ਦੀ ਸੀਟ ਵਾਲੇ ਨੂੰ ਵੀ ਮਿੱਤਰ ਬਣਾਉਣਾ ਪੈਂਦਾ ਬਣਾਉਣਾ ਭਾਵੇਂ ਆਪਣੀ ਆਪਣੇ ਸਟੇਸ਼ਨ 'ਤੇ ਆਉਣ ਲਈ ਆਉਣ ਤੋਂ ਬਾਅਦ ਨਾ ਉਹਨੇ ਮੈਨੂੰ ਪੁੱਛਣਾ ਨਾ ਮੈਂ ਉਹਨੂੰ ਪੁੱਛਣਾ, ਦੋਵਾਂ ਨੇ ਉੱਤਰ ਜਾਣਾ। ਮੈਂ ਆਪਣੇ ਸਟੇਸ਼ਨ 'ਤੇ ਉੱਤਰ ਜਾਣਾ, ਉਹਨੇ ਆਪਣੇ ਸਟੇਸ਼ਨ 'ਤੇ ਉੱਤਰ ਜਾਣਾ। ਪਰ ਜਿਹੜਾ 2 ਘੰਟੇ ਸਫ਼ਰ ਕਰਨਾ, ਉਹ ਸਫ਼ਰ ਦਾ ਸੁੱਖ ਤਾਂ ਪੈਦਾ ਹੋਵੇਗਾ ਜੇ ਨਾਲ ਦੀ ਸੀਟ ਵਾਲਾ ਤੇਰਾ ਮਿੱਤਰ ਹੋਵੇਗਾ, ਨਹੀਂ ਤਾਂ ਤੇਰੇ ਸਮਾਨ ਦਾ ਧਿਆਨ ਕੌਣ ਰੱਖੇਗਾ। ਜ਼ਰਾ ਤੂੰ ਪਾਸੇ ਹੋਏਗਾ ਸੀਟ ਤੋਂ, ਤੇਰੀ ਸੀਟ ਦਾ ਰਖਵਾਲਾ ਕਹੋ, ਹੋਰ ਕੋਈ ਆ ਕੇ ਬਹਿਣ ਲੱਗੇ ਨਾ, ਉਹ ਨਾਲ ਦੀ ਸੀਟ ਵਾਲਾ ਕਹਿੰਦਾ ਜੀ ਇੱਥੇ ਕੋਈ ਬੈਠਾ ਹੋਇਆ, ਜ਼ਿੰਮੇਵਾਰੀ ਸਮਝਦਾ। ਉਹ ਜ਼ਿੰਮੇਵਾਰੀ ਕਿਉਂ ਸਮਝਦਾ? ਉਹਦੇ ਕੋਲ ਕੋਈ ਬੈਠਾ, ਉਹਦੇ ਨਾਲ ਉਹਨੇ ਵਿਗਾੜੀ ਨਹੀਂ, ਇਹ ਮਿੱਤਰਤਾ ਦੀ ਨਿਸ਼ਾਨੀ। ਹਰ ਕਦਮ ਤੇ ਮਿੱਤਰ ਚਾਹੀਦਾ ਹੈ ਸੰਸਾਰ ਨੂੰ ਤਨ ਕਰਕੇ, ਤਨ ਕਰਕੇ ਚਾਹੀਦਾ। ਇਸ ਲਈ ਇੱਥੇ ਜੇ ਤੂੰ ਸੰਸਾਰ ਦੇ ਤਲ ਤੇ ਰਹੇਗਾ ਮਿੱਤਰ ਬਣਾ, ਜਿੰਨਾ ਕਿਸੇ ਦਾ ਮਿੱਤਰਾਂ ਦਾ ਘੇਰਾ ਜ਼ਿਆਦਾ ਹੈ ਚੰਗਾ ਹੈ। ਹਰ ਇੱਕ ਖਿਆਲ ਕਰੀ, ਬਾਬਾ ਕਬੀਰ ਕਹਿੰਦੇ ਨੇ ਮੈਂ ਗੱਲ ਤਣ ਦੀ ਨਹੀਂ ਕਰ ਰਿਹਾ, ਮੈਂ ਤੇ ਮਨ ਦੀ ਕਰ ਰਿਹਾ। ਬਾਬਾ ਕਬੀਰ ਕਹਿੰਦੇ ਨੇ ਉਹ ਭਲਿਆ ਮੈਂ ਗੱਲ ਤਣ ਦੀ ਨਹੀਂ ਕਰ ਰਿਹਾ, ਮਨ ਵੀ ਕਰ ਰਿਹਾ। ਮਨ ਨੂੰ ਬਹੁਤੇ ਮਿੱਤਰ ਨਹੀਂ ਚਾਹੀਦੇ ਕਿਉਂਕਿ ਉਹਦੀਆਂ ਲੋੜਾਂ ਬਹੁਤੀਆਂ ਨੇ, ਉਹਦੀ ਲੋੜ ਕੇਵਲ ਗਿਆਨ ਹੈ, ਮਨ ਦੀ ਲੋੜ ਕੇਵਲ ਗਿਆਨ ਹੈ। ਤਨ ਦੀਆਂ ਲੋੜਾਂ ਬਹੁਤ ਨੇ, ਉਹਨੂੰ ਮਿੱਤਰ ਵੀ ਬਹੁਤ ਚਾਹੀਦੇ। ਮਨ ਦੀ ਲੋੜ ਜਿਹੜੀ ਹੈ ਉਹ ਕੇਵਲ ਗਿਆਨ ਹੈ ਤੇ ਉਹ ਇੱਕੋ ਕੋਲੋਂ ਮਿਲਦਾ, ਹੋਰ ਬਹੁਤੀਆਂ ਦੁਕਾਨਾਂ ਤੇ ਮਿਲਦਾ ਨਹੀਂ। ਗੁਰੂ ਕਹਿੰਦੇ ਨੇ ਸੰਸਾਰ ਵਿੱਚ ਰਹਿੰਦੇ ਆ ਸੰਸਾਰ ਦੇ ਮਿੱਤਰ ਬਣਾ। ਪਰ ਭਲਿਆ ਮੈਂ ਮਨ ਕੋਲੋਂ ਪੁੱਛਣਾ ਚਾਹੁੰਦਾ ਤੈਨੂੰ ਤੇ ਚਾਹੀਦੀ ਇੱਕੋ ਚੀਜ਼, ਤੂੰ ਬਹੁਤੇ ਮਿੱਤਰ ਕਿਉਂ ਬਣਾਉਣਾ?
ਭਾਜੀ ਖਿਆਲ ਕਰਿਓ, ਜਦੋਂ ਇੱਕ ਚੀਜ਼ ਚਾਹੀਦੀ ਹੋਵੇ ਤਾਂ ਉਹ ਤੂੰ ਉਸ ਚੀਜ਼ ਲਈ ਵੀ ਤੂੰ ਬਹੁਤ ਮਿੱਤਰ ਬਣਾਉਣਾ, ਤਾਂ ਇਹਦਾ ਮਤਲਬ ਖਿਆਲ ਰੱਖੀ ਤੂੰ ਇਹ ਸਾਬਤ ਕਰਨਾ ਹੈ ਕਿ ਮੈਨੂੰ ਪਹਿਲੇ ਮਿੱਤਰ 'ਤੇ ਭਰੋਸਾ ਨਹੀਂ, ਇਸ ਵਰਤ ਵੀ ਹੈ ਕਿ ਨਹੀਂ, ਇਹ ਮੇਰਾ ਘਰ ਪੂਰਾ ਕਰੇਗਾ ਕਿ ਨਹੀਂ ਕਰੇਗਾ, ਫਰਕ ਪੈ ਜਾਂਦਾ। ਜਦੋਂ ਇੱਕ ਗੁਰੂ ਅਤੇ ਇੱਕ ਰੱਬ ਨੂੰ ਛੱਡ ਕੇ ਤੂੰ ਥਾਂ ਥਾਂ 'ਤੇ ਭਟਕਣਾ ਅਤੇ ਸਾਬਤ ਕਰਨਾ ਵੀ ਮੇਰਾ ਗੁਰੂ ਸਮਰੱਥ ਨਹੀਂ, ਮੇਰਾ ਰੱਬ ਸਮਰੱਥ ਨਹੀਂ, ਮੇਰਾ ਘਰ ਪੂਰਾ ਨਹੀਂ ਕਰ ਸਕੇਗਾ, ਤਾਂ ਤੈਨੂੰ ਦੂਜੇ ਦੀ ਲੋੜ ਪੈਂਦੀ ਹੈ, ਅਨਿਆਏ ਕਰ ਰਹੇ, ਬੇਅਦਬੀ ਕਰ ਰਹੇ ਰੱਬ ਦੀ, ਬੇਅਦਬੀ ਕਰ ਰਹੇ ਗੁਰੂ ਦੀ। ਤੂੰ ਕਹਿਣਾ ਮੈਨੂੰ ਗਿਆਨ ਦੀ ਲੋੜ ਹੈ, ਪਰ ਮੈਨੂੰ ਗਿਆਨ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਦੇ ਸਕਦਾ। ਗੁਰਬਿਨ ਗਿਆਨ ਨਾ ਹੋਏ ਤਾਂ ਤੂੰ ਸਮਝ ਰਿਹਾ, ਇਹ ਗੱਲ ਮੰਨਦੀ ਹੈ, ਗਿਆਨ ਕਬਤ ਦਾ ਮੰਨ ਰਹੇ, ਇੱਥੇ ਤਣ ਦੀ ਗੱਲ ਨੇ, ਤਣ ਜਿੰਨੇ ਮਰਜ਼ੀ ਸੰਸਾਰਕ ਤੌਰ ਤੇ ਆਪਣੇ ਮਿੱਤਰ ਬਣਾਏ, ਪਰ ਖਿਆਲ ਕਰੀ ਮਨ ਜਿਹੜਾ ਹੈ ਉਹਨੂੰ ਬਹੁਤੇ ਮਿੱਤਰ ਨਹੀਂ ਚਾਹੀਦੇ। ਬਾਬਾ ਬਾਬਾ ਰਾਮਦੇਵ ਜੀ ਨੇ ਕਿਉਂ ਇੱਕ ਗੱਲ ਆਖ ਦਿੱਤੀ, ਨਾਮ ਕਹੇ ਤਿਲੋਚਨਾ ਚੀਤ ਉਹ ਇੱਕ ਨਾਲ, ਕਿਉਂਕਿ ਗੁਰੂ ਬਿਨਾਂ ਗਿਆਨ ਨਹੀਂ ਹੋਣਾ, ਰੱਬ ਬਿਨਾਂ ਗੁਲਾਮੀ ਖਤਮ ਨਹੀਂ ਹੋਣੀ। ਇਸ ਲਈ ਇੱਕ ਖਿਆਲ ਕਰੀ ਜਿਹੜੀ ਚੀਜ਼ ਮਨ ਦਾ ਮਸਲਾ ਹੈ ਉਹ ਇੱਕ ਨਾਲ ਹੀ ਜੁੜੇਗਾ, ਤਨ ਨੂੰ ਭਰਾ ਦੀ ਲੋੜ ਹੈ, ਭੈਣ ਦੀ ਲੋੜ ਹੈ, ਮਾਤਾ ਪਿਤਾ ਦੀ ਜ਼ਰੂਰਤ ਹੈ, ਬੱਚਿਆਂ ਦੀ ਲੋੜ ਹੈ, ਗੁਆਂਢੀ ਦੀ ਲੋੜ ਹੈ, ਇਹਨੇ ਸਾਰਿਆਂ ਨੂੰ ਆਪਣਾ ਪਲਾਨ ਹੈ, ਜਿਹਦੇ ਨਾਲ ਨਹੀਂ ਬਣੇਗੀ ਕੋਈ ਦੁੱਖ ਪੈਦਾ ਹੋਏਗਾ, ਦੁੱਖ ਪੈਦਾ ਹੋਏਗਾ। ਪਰ ਇਹ ਖਿਆਲ ਕਰੀ ਮਨ ਨੂੰ ਇਹਨਾਂ ਦੀ ਲੋੜ ਨਹੀਂ, ਮਨ ਨੂੰ ਇੱਕ ਗੁਰੂ ਦੀ ਲੋੜ ਹੈ। ਇਸ ਲਈ ਅਸੀਂ ਰੋਜ਼ ਵਾਰ ਵਾਰ ਪੜ੍ਹ ਰਹੇ, ਇੱਕ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਹੈ, ਮਨ ਨੂੰ ਲੋੜ ਹੈ ਇੱਕ ਗੁਰੂ ਦੀ, ਮਨ ਨੂੰ ਲੋੜ ਹੈ ਇੱਕ ਨਿਰੰਕਾਰ ਦੀ। ਇਸ ਲਈ ਉੱਥੇ ਆ ਕੇ ਮਨ ਨੂੰ ਇਸ ਉਲਝਣ ਵਿੱਚ ਨਾ ਪਾਈ ਕਿ ਇਹਦੇ ਵੀ ਬਹੁਤ ਮਿੱਤਰ ਹੋ ਜਾਣ। ਅੱਜ ਸਾਡਾ ਦੁਕਾਨ ਕੀ ਹੈ, ਜਿੱਥੇ ਗੱਲ ਮਨ ਦੀ ਆਉਂਦੀ ਹੈ ਨਾ ਉੱਥੇ ਵੀ ਅਸੀਂ ਬਹੁਤੇ ਮਿੱਤਰ ਬਣਾ ਬੈਠਦੇ ਹਾਂ। ਅੱਜ ਥਾਂ ਥਾਂ ਸਾਡਾ ਭਟਕਣਾ, ਦਰ ਦਰ 'ਤੇ ਭਰਮਣਾ ਇਸੇ ਗੱਲ ਦਾ ਪ੍ਰਤੀਕ ਹੈ ਕਿ ਸਾਨੂੰ ਇੱਕ ਦੇ ਦਰਵਾਜ਼ੇ 'ਤੇ ਵਿਸ਼ਵਾਸ ਨਹੀਂ, ਸਾਨੂੰ ਇਹ ਸਿੱਧਕ 'ਤੇ ਭਰੋਸਾ ਨਹੀਂ ਕਿ ਮੇਰਾ ਗੁਰੂ ਸਮਰੱਥ ਹੈ, ਮੇਰਾ ਨਿਰੰਕਾਰ ਸਰਬ ਕਲਾ ਸਮਰੱਥ ਹੈ, ਮੈਨੂੰ ਕਿਸੇ ਹੋਰ ਦਰ 'ਤੇ ਜਾਣ ਦੀ ਲੋੜ ਨਹੀਂ। ਅਤੇ ਇਹੋ ਗੱਲ ਬਾਬਾ ਕਬੀਰ ਆਖ ਰਹੇ ਨੇ, ਤਨ ਕਰਕੇ ਤੂੰ ਸੰਸਾਰ ਦੇ ਸੁੱਖਾਂ ਲਈ, ਬਹੁਤੇ ਸੁੱਖਾਂ ਲਈ ਮਿੱਤਰ ਬਹੁਤੇ ਬਣਾ, ਤੂੰ ਦੁਨੀਆਂ ਅੰਦਰ ਮਿੱਤਰਤਾ ਪੈਦਾ ਕਰ, ਹਰ ਇੱਕ ਨਾਲ ਚੰਗਾ ਵਰਤ, ਚੰਗਾ ਬੋਲ, ਸ਼ੁਭ ਬਚਨ ਬੋਲ, ਗੁਣਾ ਬੋਲ, ਤੇਰੀ ਨੇੜਤਾ ਪੈਦਾ ਹੋਵੇ, ਪਰ ਵੇਖੀ ਮਨ ਇੱਕ ਨਾਲ ਜੋੜ ਕੇ ਰੱਖ, ਕਿਉਂਕਿ ਉਹਦੀ ਲੋੜ ਹੀ ਮਨ ਦੀ ਇੱਕੋ ਹੈ, ਉਹ ਹੈ ਗਿਆਨ, ਅਤੇ ਗਿਆਨ ਜਿਹੜਾ ਉਹ ਗੁਰੂ ਬਿਨਾਂ ਕਿਸੇ ਹੋਰ ਥਾਂ ਤੋਂ ਮਿਲਦਾ ਨਹੀਂ। ਗੁਰੂ ਨੇ ਇਸੇ ਲਈ ਆਖ ਦਿੱਤਾ, ਰਾਜ ਦੀ ਸਮਝ ਲੈਣੀ, ਕਿਸੇ ਗੱਲ ਦੀ ਪਛਾਣ ਕਰ ਲੈਣੀ, ਤੱਤੇ ਸਾਰ ਨਾ ਜਾਣੀ
ਲਈ ਜਿਹੜੀ ਚੀਜ਼ ਤੱਤ ਦੀ ਗਿਆਨ ਦੀ ਉਹਨੂੰ ਸਮਝਣ ਲਈ ਕੇਵਲ ਗੁਰੂ ਦੀ ਲੋੜ ਹੈ। ਉਹਨੂੰ ਬਹੁਤੀ ਥਾਵਾਂ 'ਤੇ ਪਟਕਾਉਣ ਦੀ ਕੋਸ਼ਿਸ਼ ਨਾ ਕਰ। ਮਨ ਤਾਂ ਸੁੱਖ ਤੂੰ ਉਸ ਦਿਨ ਗੁਆ ਬੈਠੇਗਾ, ਮਨ ਨੂੰ ਤਦੇ ਸੁੱਖ ਨਹੀਂ ਮਿਲੇਗਾ ਜੇ ਤੂੰ ਇੱਕ ਮਿੱਤਰ ਛੱਡ ਕੇ ਉਹਨੂੰ ਵੀ ਥਾਂ ਥਾਂ ਪਟਕਾਉਣ ਲੱਗ ਪਏਗਾ। ਇਸ ਲਈ ਬਾਬਾ ਕਬੀਰ ਜੀ ਨੇ ਆਖਿਆ, ਕਬੀਰ ਸੁਖ ਨਾ ਇਹ ਜੁਗ ਕਰੇ ਜੋ ਬਾਤੇ ਮੀਤ, ਚਿੱਤ ਕੀ ਹੈ ਮਨ ਕਹਿਣ ਲੱਗੇ, ਮਨ ਜਿਹੜਾ ਉਹ ਇੱਕ ਨਾਲ ਜੋੜ ਕੇ ਰੱਖੇਗਾ ਤੇ ਹਮੇਸ਼ਾ ਲਈ ਸੁੱਖ ਪਾਵੇਗਾ। ਸੰਸਾਰ ਕਿਉਂਕਿ ਤਨ ਨੂੰ ਆਪਣਾ ਜੀਵਨ ਬਣਾਈ ਬੈਠਾ ਹੈ, ਇਸ ਲਈ ਤਨ ਦੀ ਮੌਤ ਤੋਂ ਡਰ ਰਿਹਾ ਹੈ। ਉਹਦੀ ਦੁਨੀਆ ਉਹਦਾ ਸੰਸਾਰ ਤਨ ਨਾਲ ਹੈ। ਜਿਸ ਦਿਨ ਕਿ ਤਨ ਮਰ ਗਿਆ ਉਸ ਦਿਨ ਇਹਦੀ ਦੁਨੀਆ ਇਹਦਾ ਸੰਸਾਰ ਖਤਮ ਹੋ ਗਿਆ। ਕਹਿਣ ਲੱਗੇ ਮੈਂ ਇੱਕ ਗੱਲ ਸਮਝਾ ਦੇਣਾ ਚਾਹੁੰਦਾ, ਤਨ ਤੇ ਮਨ ਦਾ ਜਿਵੇਂ ਲਫ਼ਜ਼ ਆਏ ਸਨ ਆਪਸੀ ਸੰਬੰਧ ਹੈ ਪਰ ਵੱਖਰੇ ਵੱਖਰੇ ਨੇ। ਤਨ ਦੀ ਮੌਤ ਹੋ ਰਹੀ, ਮਨ ਦੀ ਮੌਤ ਹੋ ਰਹੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਬਾਬਾ ਕਬੀਰ ਜੀ ਦਾ ਪਹਿਲਾ ਹੋ ਗਿਆ। ਉਹਦੇ ਸੁੱਖ ਹੋਰ ਨੇ, ਉਹਦੇ ਸੁੱਖ ਉਹਦੇ ਮਿੱਤਰ ਹੋਰ ਨੇ, ਉਹਦਾ ਮਿੱਤਰ ਹੋਰ ਨੇ। ਇਸੇ ਕਹਿਣ ਲੱਗੇ ਤਨ ਤੇ ਮਨ ਦੀ ਵੀ ਇਹੋ ਹਾਲਤ ਹੈ। ਇੱਥੇ ਆ ਕੇ ਤਨ ਦੀ ਮੌਤ ਹੋ ਰਹੀ, ਮਨ ਦੀ ਮੌਤ ਹੋ ਰਹੀ। ਤਨ ਦੀ ਹੋ ਮੌਤ ਜਿਹੜੀ ਹੈ ਉਹ ਵਿਛੋੜਾ ਹੈ ਤੇ ਮਨ ਦੀ ਮੌਤ ਮਿਲਾਪ ਹੈ। ਲਓ ਦੋਹਾਂ ਦਾ ਫਰਕ ਨਹੀਂ, ਇਹਨੂੰ ਸਮਝ ਲੈ। ਤਨ ਦੀ ਮੌਤ ਕੀ ਹੈ? ਵਿਛੋੜਾ ਹੈ, ਮਿੱਤਰ ਨਾਲ ਵਿਛੋੜਾ ਹੈ। ਪਰ ਮਨ ਦਾ ਜਿਹੜਾ ਮਿੱਤਰ ਸੀ, ਜਿਸ ਦਿਨ ਮਨ ਮਰਦਾ ਉਸ ਦਿਨ ਉਹਦੇ ਨਾਲ ਰੱਬ ਦਾ ਮਿਲਾਪ ਹੁੰਦਾ। ਸਾਡਾ ਦੁਖਾਂਤ ਹੀ ਅਸੀਂ ਮਨ ਨਹੀਂ ਮਾਰ ਰਹੇ, ਸਾਡਾ ਮਨ ਨਹੀਂ ਮਰ ਰਿਹਾ। ਗੁਰੂ ਕਹਿੰਦੇ ਨੇ ਮਨ ਮਰੇ ਤਾਂ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ, ਮਿਲਾਪ ਕੋਈ ਨਹੀਂ ਮਿੱਤਰ ਨਾਲ। ਬਿਨ ਮਨ ਮੂਏ ਕੈਸੇ, ਮਨ ਨੂੰ ਮਰਨ ਦੀ ਲੋੜ ਹੈ। ਜਿਸ ਦਿਨ ਮਨ ਮਰੇਗਾ ਉਸ ਦਿਨ ਰੱਬ ਦਾ ਮਿਲ ਹਰੀ ਦਾ ਮਿਲਾਪ ਹੋਇਆ। ਬਿਨ ਮਨ ਮੂਏ ਕੈਸੇ ਹਰ ਪਾਏ, ਰੱਬ ਕਿਵੇਂ ਮਿਲੇ ਕਿਉਂਕਿ ਮਨ ਤੇ ਤੇਰਾ ਮਰਿਆ ਹੀ ਨਹੀਂ। ਬਿਨ ਮਨ ਮੂਏ ਕੈਸੇ ਹਰ ਪਾਏ। ਦੇਖੋ ਤਨ ਦੇ ਮਰਨ ਨਾਲ ਮਿੱਤਰਾਂ ਦੀ ਦੂਰੀ ਹੁੰਦੀ, ਵਿਛੋੜਾ ਹੁੰਦਾ ਹੈ। ਇਸ ਲਈ ਲੋਕ ਡਰ ਰਹੇ ਨੇ, ਜਿਸ ਮਰਨੇ ਤੇ ਜਗਦਾ ਹੈ। ਕਿਉਂ? ਕਿਉਂਕਿ ਲੋਕ ਤਨ ਦੀ ਮੌਤ ਨਹੀਂ ਸਮਝਦੇ ਨੇ। ਤਨ ਦੀ ਮੌਤ ਨਾਲ ਮਿੱਤਰਾਂ ਦਾ ਵਿਛੋੜਾ ਹੁੰਦਾ, ਗੱਲ ਠੀਕ ਹੈ, ਡਰ ਰਹੇ ਨੇ ਲੋਕ। ਬਾਬਾ ਕਬੀਰ ਕਹਿੰਦੇ ਨੇ ਮੈਂ ਇੱਕ ਗੱਲ ਸਮਝਾ ਦਿਆਂ,
ਤੇ ਮਨ ਦੀ ਮੌਤ ਵੱਖਰੀ ਚੀਜ਼ ਹੈ। ਮਨ ਜਿਸ ਦਿਨ ਮਰਦਾ ਹੈ ਉਸ ਦਿਨ ਹਰੀ ਨਾਲ ਮਿਲਾਪ ਹੁੰਦਾ ਹੈ। ਬਿਨ ਮਨ ਮੂਏ ਕੈਸੇ ਹਰ ਪਾਏ। ਸੋ ਜਾਗੇ ਜੋ ਤਤ ਵਿਚਾਰੇ ਆਪ ਮਰੇ ਅਵਰਾ ਨਹੀਂ ਮਾਰੇ। ਕਹਿਣ ਲੱਗੇ ਜਿਸ ਦਿਨ ਤਤ ਦੀ ਵਿਚਾਰ ਗਿਆਨ ਹੋ ਜਾਏਗਾ ਉਸ ਦਿਨ ਤੂੰ ਤਲਵਾਰਾਂ ਚੁੱਕ ਕੇ ਲੋਕਾਂ ਨੂੰ ਮਾਰਨ ਲਈ ਨਹੀਂ ਦੌੜੇਗਾ, ਤੂੰ ਆਪਣੇ ਆਪ ਨੂੰ ਮਾਰੇਗਾ। ਹੁਣ ਸਾਡੇ ਹੱਥ ਵਿੱਚ ਗੰਗਾ ਨੇ ਤਲਵਾਰਾਂ ਨੇ, ਅਸੀਂ ਦੂਜੇ ਨੂੰ ਮਾਰਨਾ ਚਾਹੁੰਦੇ ਹਾਂ। ਪਰ ਗੁਰੂ ਕਹਿੰਦੇ ਨੇ ਭਲਿਆ ਕਾਸ਼ ਕਦੀ ਗਿਆਨ ਦੀ ਖੜਗ ਨਾਲ ਤੂੰ ਆਪਣੇ ਮਨ ਨੂੰ ਮਾਰੇ, ਤੈਨੂੰ ਪਤਾ ਲੱਗ ਜਾਏ ਉਹ ਤਨ ਦੀ ਮੌਤ ਮਿੱਤਰਾਂ ਦਾ ਵਿਛੋੜਾ ਹੈ ਤੇ ਮਨ ਦੀ ਮੌਤ ਆਪਣੇ ਮਿੱਤਰ ਪ੍ਰਭੂ ਨਾਲ ਮਿਲਾਪ ਹੈ। ਇਸ ਲਈ ਮੈਂ ਇਸ ਮੌਤ ਤੇ ਆਖਣਾ ਜਿਸ ਦਿਨ ਮੇਰਾ ਮਨ ਮਰ ਗਿਆ ਤਾਂ ਦੁਨੀਆਂ ਦੇ ਲੋਕ ਮੇਰੇ ਮਨ ਵਿੱਚ ਆਨੰਦ ਪੈਦਾ ਹੋ ਗਿਆ, ਮੈਨੂੰ ਪ੍ਰਭੂ ਦਾ ਮਿਲਾਪ ਪਰਮਾਨੰਦ ਦੀ ਪ੍ਰਾਪਤੀ ਹੋਈ। ਬਾਬਾ ਕਬੀਰ ਕਹਿਣ ਲੱਗੇ ਜਿਸ ਸਮਝਣ ਲਈ ਵਿਚਾਰ ਦੇ ਦਰਵਾਜ਼ੇ ਤੱਕ ਜਾਣਾ ਜ਼ਰੂਰੀ ਬਣ ਜਾਂਦਾ ਹੈ ਤਾਂ ਕਿ ਸਾਨੂੰ ਪਤਾ ਲੱਗੇ, ਭੁਲੇਖਾ ਨਾ ਪੈ ਜਾਏ ਕਿ ਕਿਤੇ ਐਸਾ ਨਾ ਸਮਝ ਲਈਏ ਦੁਨੀਆਂ ਨਾਲ ਦੋਸਤੀ ਪਾਓ। ਦੁਨੀਆਂ ਦੇ ਅੰਦਰ ਕਿਸੇ ਨਾਲ ਦੋਸਤੀ ਪਾਉਣੀ ਨਹੀਂ, ਕੋਈ ਮਿੱਤਰ ਹੀ ਨਹੀਂ, ਸਭ ਨੂੰ ਤਿਆਗ ਦੇਣਾ ਹੈ ਉਹ ਵੀ ਨਹੀਂ, ਸਿਰਫ ਸਮਝਣਾ ਹੈ। ਤਨ ਦੀ ਸੰਸਾਰ ਦੀ ਦੋਸਤੀ ਹੈ, ਮਨ ਦੀ ਨਿਰੰਕਾਰ ਦੀ ਦੋਸਤੀ ਹੈ। ਇਸ ਲਈ ਦੋਹਾਂ ਨੂੰ ਕਿਸ ਤਰ੍ਹਾਂ ਸੰਭਾਲ ਕੇ ਸੁਰੱਖਿਅਤ ਰੱਖਣਾ ਹੈ ਤਾਂ ਕਿ ਤਨ ਕਰਕੇ ਵੀ ਸੁਖੀ ਹੋਈਏ, ਮਨ ਕਰਕੇ ਵੀ ਸੁਖੀ ਹੋਈਏ। ਇਹਨਾਂ ਸ਼ਬਦਾਂ ਨਾਲ ਕਿ ਮੰਦਾ ਜਾ ਚੇਤਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ।